ਕਰਾਣੀ ਆ ਉੱਥੇ ਉਹ ਤੇਰਾ ਸ਼ੋਅ ਨਹੀਂ ਲਵਾਉਣ ਜਾ ਰਹੇ ਕੀ ਕਿਹਾ ਭਾਬੀ ਦਰਬਾਰ ਕੱਢਣੀ ਸੀ ਰੱਖ ਲੈ ਰੱਖ ਲੈ ਕਨੇਡਾ ਮਿਲਦੇ ਆ ਬਾਏ ਕਨੇਡਾ ਮਿਲਦੇ ਆ ਕਨੇਡਾ ਵਾਲੇ ਹੋ ਬਲੌਗ ਬਣਦੇ ਨੇ ਮਾੜਾ ਕਨੇਡਾ ਵਾਲੇ ਹੋ ਬਲੌਗ ਬਲੌਗ ਦਿਖਾ ਇੱਧਰ ਸ਼ਕਲ ਦਿਖਾ ਮਾੜੀ ਹਾਂਜੀ ਆ ਗਿਆ ਦਿਨ ਹੈ ਕਿੰਨੇ ਟਾਈਮ ਬਾਅਦ ਬੜੀ ਮਿਹਨਤ ਕਰੀ ਭੱਜ ਦੌੜ ਲੱਗੇ ਰਹੇ ਪੈਕਟ ਚਾਰ ਪੰਜ ਵੱਧ ਨੀ ਲੈ ਜਾ ਸਕਦੇ ਸੀ ਟੀ ਟਾਈਮ ਹੋ ਗਿਆ ਸਾਡਾ ਹੋ ਜਾਓ ਬਾਬੇ ਹਲਕੇ ਹੋ ਗਏ ਚੱਲੀਏ ਮੁੰਡਿਆ ਤੈਨੂੰ ਇਸ ਤੋਂ ਬਾਅਦ ਰੋਟੀ ਨਹੀਂ ਖਵਾਉਣੀ ਅਸੀਂ ਠੀਕ ਹੈ ਬੇ ਮਾਹੌਲ ਹੋਇਆ ਵਾ ਪੂਰਾ ਕੈਮ ਮੁੰਡੇ ਹੁਣ ਰੱਜ ਗਏ ਰੋਟੀ ਆਪਾਂ ਬਾਅਦ 'ਚ ਖਾਵਾਂਗੇ ਜਦੋਂ ਇਹਨੇ ਫਲਾਈਟ ਚੜ੍ਹਨਾ ਉਸ ਤੋਂ ਘੰਟਾ ਪਹਿਲਾਂ ਅਤੇ ਨਿਕਲਦੇ ਹਾਂ ਬਸ ਦਿੱਲੀ ਲਈ ਠੀਕ ਹੋ ਔਖੀ ਹੋ ਗਈ ਆ ਜਾ ਇੱਧਰ ਆਣਾ ਇੱਧਰ ਆ ਜਾ ਲੋ ਬਾਬੇ ਉਹ ਟੇਕ 2 ਸੁਖਦੇਵ ਢਾਬਾ ਜੇ ਉਧਰੋਂ ਨਿਕਲੇ ਨੂੰ ਆਪਾਂ ਨੂੰ 15 ਮਿੰਟ ਹੋਏ ਆ ਮੈਨੂੰ ਲੱਗਦਾ ਸਾਡੇ ਉਲਟੀਆਂ ਵਾਲੇ ਬੰਦੇ ਕਰਕੇ ਸਾਨੂੰ ਉੱਧਰ ਰੁਕਣਾ ਪੈ ਗਿਆ ਸੀ ਹੁਣ ਅਸੀਂ ਉਰੇ ਰੋਟੀ ਰੁਟੀ ਖਾਂਦੇ ਹਾਂ ਫਿਰ ਤੁਰਾਂਗੇ ਫੀਲਿੰਗ ਚੈੱਕ ਕਰ ਤੂੰ ਇੱਧਰ ਸੁਖਦੇਵ ਢਾਬੇ ਦੀ ਹਾਂ ਹੁਣ ਦੱਸ ਕੀ ਕਹਿ ਰਿਹਾ ਸੀ ਅਸੀਂ ਹੁਣ ਰੇਟ ਨੀ ਦੇਖਣਾ ਅਸੀਂ ਕੈਨੇਡਾ ਵਾਲੇ ਬੰਦੇ ਨਾਲ ਬੈਠੇ ਆ ਕੱਟ ਮਹਿੰਗੀ ਡਿਸ਼ ਕੱਟ ਸਭ ਤੋਂ ਕਿਉਂ ਅੱਜ ਫਿਰ ਮਹਿੰਗੀ ਡਿਸ਼ ਕੱਢ ਲਈ ਸਾਰਿਆਂ ਨਾਲੋਂ ਹੈ
ਇੰਡੀਆ ਅਤੇ ਪੱਗ ਵੀ ਲਾਲ ਬੰਨੀ ਹੈ ਇੰਡੀਆ ਚ ਫਿਲਹਾਲ ਲਈ ਲਾਸਟ ਦੀ ਕੁੜੀ ਸੁੱਤੀ ਹੈ ਹੈ ਭੁੱਲ ਗਿਆ ਬਈ ਥੱਲੇ ਮੋਟਾ ਕੇ ਕੀ ਐਟਮਾਂ ਰੱਖਦੀ ਇਹਨਾਂ ਨੇ रोटी नहीं मिली आ रही ओहो वैसे भुख तो है नहीं सी तुसी मान रखिया साडा ठीक है आ बंदा हुण रज के जाना चाहिए और दोबारा मैनू दिखनी नहीं चाहिए तेरे हाथ प्लेट ਆਪਾਂ ਚੱਲੇ ਆ ਜੀ ਏਅਰਪੋਰਟ ਆ ਗਿਆ ਏ ਅੱਜ ਆਪਣਾ ਵੀਰਾ ਚੱਲਿਆ ਏ ਕੈਨੇਡਾ ਲੋ ਮਿੱਤਰੋ ਪਹੁੰਚ ਗਏ इन्नी भीड़ तो ट्रेन च नहीं होंगी है ना जिनी उरे बहुत बाबे एडी भीड़ है देख लो खुश है अरे नु पहला पांच मिनट चल बाबे चल ठीक है क्या रखी ठीक है एक कुछ देता टाइम घट सी बंदे को आराम ना रीड दी आराम ना जोर ना ला आराम ना रीड बाय यार जोर ना लगा जो ये बंदा गया करी मड़ा यार शगन रोक के दिखा दे मड़ा यार शगन तक कर लो मड़ा यार रोक के दिखा दे जा रहे ने उस्ताद जी साडे जा लब के लिया चंगा उस्ताद जी चंगा लो जी साडे वाले का भी नंबर आ गया हूं देख फिर मुड़ के थोड़ी देखता पीछे गया हेलो
ਅੱਛਾ ਹੈਲੋ ਜਸ਼ੀ ਆਪੂਆ ਹਾਂਜੀ ਬਾਕ ਚੱਲ ਗਿਆ ਹੋ ਸਟਾਪ ਲੈ ਕੇ ਬਾਬੇ ਉਹ ਬੰਦਾ ਸਾਡਾ ਅੰਦਰ ਚਲਾ ਗਿਆ ਆਪਾਂ ਹੁਣ ਬਾਹਰ ਰਹਿਣਾ ਜਿੰਨੀ ਦੇਰ ਤੱਕ ਉਹਦਾ ਸਾਰਾ ਕੁਝ ਚੈਕਿੰਗ ਨਹੀਂ ਹੋ ਜਾਂਦਾ ਬੈਗ ਲਗੇ ਜਮ੍ਹਾਂ ਨਹੀਂ ਹੋ ਜਾਂਦੇ ਤਾਂ ਉਹ ਆਪਾਂ ਨੂੰ ਕਾਲ ਕਰੂਗਾ ਫਿਰ ਆਪਾਂ ਵਾਪਸੀ ਲਈ ਨਿਕਲਾਂਗੇ ਹੋ ਜਾਏਗਾ ਬਸ ਇੰਨਾ ਕੀ ਦੇਖ ਲਓ ਅੱਜ ਦਿੱਲੀ ਏਅਰਪੋਰਟ ਹੈ ਇਹ ਪੂਰੇ 11 ਵਜੇ ਪਹੁੰਚੇ ਸੀ ਅਤੇ ਇੱਕ ਮਿੰਟ ਵੀ ਨਹੀਂ ਉਹ ਖੜਿਆ ਨਾ ਸਾਨੂੰ ਫੋਟੋ ਕਰਾਉਣ ਦਾ ਮੌਕਾ ਮਿਲਿਆ ਭੀੜ ਬਾਬੇ ਇਵੇਂ ਲੱਗੀ ਹੋਈ ਆ ਜਿਵੇਂ ਮੈਂ ਕਹਿੰਦਾ ਟ੍ਰੇਨ ਜ਼ਮੀਨ ਇੰਨਾ ਰਸ਼ ਹੁੰਦਾ ਜਿੰਨਾ ਏਅਰਪੋਰਟ 'ਤੇ ਰਸ਼ ਹੋ ਗਿਆ ਸਾਰਾ ਸਟੂਡੈਂਟ ਸਾਰਾ ਪੰਜਾਬ ਮੈਂ ਕਹਿੰਦਾ ਬਾਹਰ ਹੀ ਭੱਜ ਰਿਹਾ ਬੜਾ ਬੁਰਾ ਹਾਲ ਪੰਜਾਬ ਹੋ ਗਿਆ ਦਿੱਲੀ ਹਰਿਆਣਾ ਅਫਰੀਕਨ ਉਰੇ ਆ ਰਹੇ ਆ ਸਾਰੇ ਬਾਹਰਲੇ ਉਰੇ ਆ ਰਹੇ ਨੇ ਅਤੇ ਆਪਣੇ ਵਾਲੇ ਬਾਹਰ ਭੱਜ ਰਹੇ ਕੋਈ ਨਹੀਂ ਅਸੀਂ ਵੀ ਜਾਵਾਂਗੇ ਜਦੋਂ ਸਾਡਾ ਟਾਈਮ ਆਇਆ ਅਸੀਂ ਵੀ ਜਾਵਾਂਗੇ ਟੈਨਸ਼ਨ ਨਹੀਂ ਲੈਣੀ ਬਹੁਤ ਜਲਦੀ ਆਊਗਾ ਤੁਸੀਂ ਸਾਡੇ ਡੇਲੀ ਵਲੌਗਸ ਦੇਖਿਓ ਫਿਰ ਵੀਜ਼ਾ ਸਾਡਾ 1.5 ਮਹੀਨੇ ਪਹਿਲਾਂ ਆ ਗਿਆ ਸੀ ਬਹੁਤ ਟਾਈਮ ਲੱਗਿਆ ਸਾਨੂੰ ਸ਼ੋਪਿੰਗ ਕਰਨ ਨੂੰ ਫਿਰ ਉਸ ਤੋਂ ਬਾਅਦ ਬੈਗ ਪੈਕ ਕਰੋ ਸਭ ਤੋਂ ਜ਼ਿਆਦਾ ਟਾਈਮ ਬੈਗ ਪੈਕ ਕਰਨ 'ਚ ਲੱਗਦਾ ਹੈ ਅਤੇ ਜਿੰਨਾ ਟਾਈਮ ਸਾਨੂੰ ਬੈਗ ਪੈਕ ਕਰਨ 'ਚ ਲੱਗਿਆ ਉਨਾ ਸ਼ੋਪਿੰਗ 'ਚ ਵੀ ਨਹੀਂ ਲੱਗਿਆ ਹੋਣਾ ਅਤੇ ਕੁਝ ਕੁ ਚੀਜ਼ਾਂ ਸਾਡੀਆਂ ਵਾਪਸੀ ਕੱਢਤੀਆਂ ਸੀ ਜਿਹੜੇ ਲਿੱਤੀਆਂ ਸੀ ਅਤੇ ਜਿਹੜੀ ਜਿਹੜੀ ਸਾਨੂੰ ਚੀਜ਼ਾਂ ਚਾਹੀਦੀਆਂ ਸੀ ਉਹ ਆਪਾਂ ਰੱਖ ਲਈਆਂ ਹੁਣ ਦੇਖਦੇ ਹਾਂ ਕੀ ਬਣਦਾ ਜਿਹੜੀ ਜਿਹੜੀ ਚੀਜ਼ਾਂ ਸਾਨੂੰ ਲੋੜ ਪੈਣਗੀਆਂ ਉੱਥੇ ਆਪਾਂ ਮੁੰਡੇ ਨੇ ਜਾਣਾ 2 ਮਹੀਨੇ ਬਾਅਦ ਆਪਾਂ ਭੇਜ ਦਾਂਗੇ ਅਤੇ ਉਹ ਲੋਕ ਆਪਣਾ 3 ਪਾਰਟਾਂ 'ਚ ਆਏਗਾ 10-10 ਮਿੰਟ ਨਹੀਂ ਨਹੀਂ ਵੀਡੀਓ ਦੇਖ ਕੇ ਤੁਸੀਂ ਫੁੱਲ ਇੰਜੋਏ ਕਰਨਾ ਅਤੇ ਜਦੋਂ ਘਰ ਲਈ ਨਿਕਲਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰਾ ਅਤੇ ਮਿਲਦੇ ਹਾਂ ਅੱਗੇ ਆਪਣਾ ਲੱਭ ਲਿਆ ਇੱਕ ਰਾਹ ਹੋਰ ਦੇਖਦੇ ਹਾਂ ਨੀਚੇ ਕੀ ਹੈ ਸਿਸਟਮ ਮਿਲਦੇ ਹਾਂ ਆਜੋ ਦੇਖ ਤਾਂ ਆਈਏ ਕੀ ਹੈ ਬਹਿ ਹੁੰਦੇ ਉਸਤਾਦ ਦੀ ਜਾਂਦੇ ਪਏ ਨੇ ਉਰੋ ਵੀ ਐਂਟਰੀ ਹੁੰਦੀ ਹੈ ਜਵਾਕਾਂ ਦੀ ਆ ਰਿਹਾ ਰੋਡ ਅਸਾਂ ਘੁੰਮਣ ਆਏ ਸੀ ਆਪਣੀ ਫਲਾਈਟ ਕਿਹੜੀ ਆ ਆਪਣੀ ਕੈਨੇਡਾ ਦੀ ਪਾਪਾ ਨੂੰ ਪਤਾ ਆਪਣੀ ਕਿਹੜੀ ਆ ਫਲਾਈਟ ਉਹ ਲਫਤਾਂਸਾ ਲਫਤਾਂਸਾ ਸਵੇਰੇ 3 ਵਜੇ ਦੀ ਫਲਾਈਟ ਆ ਲਫਤਾਂਸਾ ਦੀ 11 ਵਜੇ ਆਪਾਂ ਐਂਟਰੀ ਕਰਾਤੀ ਪਹਿਲੀ ਵਾਰ ਜਾ ਰਿਹਾ ਨਾ ਫਿਰ ਤੁਹਾਨੂੰ ਰਿਸਕ ਲੈਣਾ ਗਾਂਧੀ ਜੀ ਚਰਖਾ ਭੁੱਲ ਗਿਆ ਆਪਣਾ ਅੱਗੇ ਤੁਹਾਨੂੰ ਗਾਂਧੀ ਨਾਲ ਵੀ ਮਿਲਾਵਾਂਗੇ ਗਾਂਧੀ ਜੀ ਚਰਖਾ ਭੁੱਲ ਗਏ ਨੇਪਾਲੀ ਇਹ ਅੱਖਾਂ ਕਿਉਂ ਨਹੀਂ ਖੁੱਲਦੀ ਇਹਨਾਂ ਦੀ ਮੀਟਿੰਗ ਕਰਦੀ ਹੋਈ ਉਹ ਨਹੀਂ ਆਉਂਦਾ ਹੁਣ ਇੱਧਰ ਨੂੰ ਉਹ ਕਹਿੰਦਾ ਬਸ ਹੋ ਗਿਆ ਮੇਰਾ ਉੱਧਰ ਨਹੀਂ ਲੰਘ ਜਾਓ ਤੁਸੀਂ ਘਰੇ ਬਸ ਬਾਬੇ ਉਹ ਸਾਡਾ ਸਾਥ ਉਰੇ ਤੱਕ ਦੇ ਸੀ ਸਾਨੂੰ ਮਿਲ ਕੇ ਵੀ ਨਹੀਂ ਗਿਆ ਹੋਰ ਬਾਬੇ ਉਹ 2 ਮਿੰਟ ਵੀ ਨਹੀਂ ਰੁਕਿਆ ਤੇ ਕੰਮ ਉਹਦਾ ਹੋ ਗਿਆ ਸਾਰਾ ਬਸ ਹੁਣ ਨਿਕਲ ਰਹੇ ਜੀ ਤੇ ਪਟਿਆਲੇ ਪਹੁੰਚ ਕੇ ਤੁਹਾਨੂੰ ਮਿਲਦੇ ਆ ਨਹੀਂ ਨਹੀਂ ਮੈਂ ਤਾਂ ਪਾਉਂਗਾ ਨਹੀਂ ਸੀਰੀਅਸਲੀ ਨਹੀਂ ਲੈਣਾ ਚਲੋ ਤੁਹਾਨੂੰ ਰਸਤੇ 'ਚ ਮਿਲਦੇ ਆ ਫਿਰ ਪਟਿਆਲੇ ਪਹੁੰਚ ਕੇ ਬਿਠਾਉਂਦੇ ਆ ਹਾਂ ਜੇ ਮੇਰੀ ਭੈਣ ਨੇ ਅੱਧੀ ਉਲਟੀ ਉਲਟੀ ਵੋਮਿਟ ਵਗੈਰਾ ਕਰੀ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਟੈਕਸੀ ਬੁਲਾਓ ਬਈ
ਦੇਖਦੇ ਆ ਅਗਲਾ ਨੰਬਰ ਕਿਹਦਾ ਲੱਗਦਾ ਮੇਰਾ ਨਹੀਂ ਤੁਹਾਡਾ ਦੇਖਦੇ ਆ ਕਿਹਦਾ ਲੱਗਦਾ ਕਿਹੜਾ ਕਿਹਨੂੰ ਛੱਡਣਾ ਹੋਊਗਾ ਇਹ ਤੁਹਾਨੂੰ ਸਰਪ੍ਰਾਈਜ਼ ਹੀ ਰੱਖਾਂਗੇ ਕਿਹੜਾ ਕਿਹਨੂੰ ਛੱਡਣਾ ਹੋਊਗਾ ਬਹੁਤ ਜਲਦੀਓਏ ਮੁੰਡਿਆ ਤੇਰੇ ਕਰਕੇ ਅਸੀਂ ਇੰਨਾ ਸਫ਼ਰ ਕਰਕੇ ਆਏ ਤੇ ਤੂੰ ਆਪਣੀ ਮਾਂ ਨੂੰ ਨਹੀਂ ਮਿਲ ਕੇ ਗਿਆ ਆਹ ਦੇਖ ਲੈ ਮਾਂ ਦੀ ਸ਼ਕਲ ਦੇਖ ਲੈ ਮਾਂ ਤੇਰੀ ਰੋਣ ਵਰਗੀ ਹੋਈ ਵੀ ਆ ਤੂੰ ਮਿਲ ਕੇ ਨਹੀਂ ਗਿਆ ਆਹ ਦੇਖ ਲੈ ਬੇਰੋਜ਼ਗਾਰ ਬੰਦੇ ਇਹਨੂੰ ਵੀ ਨਹੀਂ ਮਿਲ ਕੇ ਗਿਆ ਇਹਦਾ ਤਾਂ ਜਦ ਆਪਾਂ ਦਾ ਫਰਕ ਨਹੀਂ ਪਿਆ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਤੈਨੂੰ ਉੱਥੇ ਆ ਕੇ ਮਿਲ ਲਾਂਗੇ ਆ ਗਈ ਗੱਡੀ ਆਪਣੀ ਬਹਿ ਜਾ ਹੁਣ ਮੈਂ ਤੇ ਚੰਗਾ ਜੀ ਫਿਰ ਵੀਡੀਓ ਕਾਲ ਆ ਦੇਖ ਲਓ ਹੁਣ ਤੁਸੀਂ ਇਹ ਦੇਖੋ ਬੰਦਾ ਮਿਲ ਕੇ ਵੀ ਨਹੀਂ ਗਿਆ ਬੰਦਾ ਇਹ ਬੰਦਾ 16 ਘੰਟੇ ਸਫ਼ਰ ਕੀਤਾ ਇਹ ਕਰਕੇ ਅਸੀਂ ਇਹ ਬੰਦਾ ਮਿਲ ਕੇ ਨਹੀਂ ਗਿਆ ਇੱਕ ਵਾਰ ਵੀ 5 ਮਿੰਟ ਰੁੱਕ ਕੇ ਨਹੀਂ ਗਿਆ ਤੇ ਹੁਣ ਦੇਖ ਲਓ ਗਾਣੇ ਸੁਣ ਰਿਹਾ ਬੈਠਾ ਪਾਣੀ ਦੀ ਬੋਤਲ ਲੈ ਲਈ ਬੱਚੇ ਆ ਠੀਕ ਆ ਸਾਰਾ ਕੁਝ ਹੋ ਗਿਆ ਧਿਆਨ ਰੱਖੀ ਬੱਚੇ ਧਿਆਨ ਰੱਖੀ ਆਪਣਾ ਬਸ ਹੁਣ ਦੋ ਜਿਹੜਾ ਕੁਝ ਮਿਲਦਾ ਤੈਨੂੰ ਲੁੱਟ ਲਈ ਨਜ਼ਾਰੇ ਖਾਓ ਪੀਓ ਮौज ਕਰੋ ਜਾਈਏ ਅਸੀਂ ਕਿਹਾ ਜਾਈਏ ਅਸੀਂ ਜਾ ਰਹੇ ਹਾਂ ਹੁਣ ਘਰੇ ਆ ਦੇਖ ਲਈ ਠੀਕ ਹੈ ਪਹੁੰਚ ਗਿਆ ਉੱਥੇ ਜਰਮਨੀ ਜਦੋਂ ਸਟੇ ਕਰਾਂਗੇ ਉਦੋਂ ਫੋਨ ਕਰ ਦੀ 6 ਤੱਕ ਪਹੁੰਚ ਜਾਵਾਂਗੇ ਜਰਮਨੀ ਤੇ ਓਕੇ ਬਾਏ ਓਕੇ ਬਾਏ ਆਪਣਾ ਧਿਆਨ ਰੱਖੀ ਬੱਚੇ ਆ ਫੋਨ ਕਰ ਗੱਲ ਕਰ ਲਓ ਹਾਂ ਜਾ ਰਹੀ ਆ ਅੱਛਾ ਜਾ ਜੋ ਜੇ ਲੈ ਕੇ ਬਣਾਈ ਬਸ ਬੋਲ ਦੇ कितने बंदे को बैठे एक दो एक ही आ जाओ कर इधर आ इधर ले चल दो तीन बंदे इधर आओ इधर आओ इसमें पैड आ रहा है लेकिन इधर पैर तो बाजू हाँ कंधे पैर नहीं वाड़ने आज इस पैर ना वीडियो सड़े पैसे खराब ना कर कोई गाइस फिर मेरा भाई चला गया मैं शाल ना मारी शाल ना मारी खा जानगियां पैर जे पैर लाया हला ना आराम ना रखो ਆਦੇ ਬੈਠੋ ਮੱਛੀ ਨਾ ਘੜਦੀ ਕੋਈ ਖੜ ਜੇ ਪੈ ਜਾਏਗਾ ਨਾ ਬਾਜ ਨਹੀਂ ਨਹੀਂ ਐਸੇ ਨਹੀਂ ਇਹ ਮੱਛੇ ਘੜਦੇ ਨੇ ਇਧਰ ਮੱਛੀ ਦੁਬਾਰਾ ਇੱਕ ਵਾਰ ਉਰੇ ਰੁਕਦੇ ਹੋਏ ਇਸ ਤੋਂ ਬਾਅਦ ਹੁਣ ਸਿੱਧਾ ਪਟਿਆਲਾ ਉੱਥੇ ਹੀ ਰੁਕਾਂਗੇ ਹੁਣ ਹੁਣ ਨਹੀਂ ਰੁਕਣਾ ਬੈਠੋ ਬੈਠੋ ਖਿੱਚਦਾ ਤੁਹਾਡੀ ਫੋਟੋ ਸ਼ਹਿਨਸ਼ਾਹ ਮੁੰਡੇ ਖੁਸ਼ ਹੈ शकल तो नहीं लग रहा तेरी देख के घबराहट तो नहीं मेरी माँ खुश मैं खुश माँ तो फिर पूरी खुश है रोंदे तो नहीं फिर ना जी ना पक्की गल है चलो वीडियो तो कहता हूँ तुम्हें मैं देखा तू तो नहीं जाना जावे दो साल बाद आप भी जावे